ਕਰਨ ਵਾਲੀ ਗੱਲ ਹੈ। ਇਹ ਫਿਲਮ ਤੋਂ ਪਿਛੋਕੜ ਵਾਲੇ ਬੰਨੇ ਜਾਓ, ਰੌਲਾ ਤਾਂ ਉਦੋਂ ਪੈਣਾ ਚਾਹੀਦਾ ਜਦੋਂ ਸਾਡੇ ਘਰਾਂ 'ਚ ਫੋਟੋਆਂ ਲੱਗੀਆਂ। ਪਹਿਲਾਂ ਅਗਲਿਆਂ ਨੇ ਤੁਹਾਡੇ ਕੋਲੋਂ ਮਨਵਾਇਆ ਕਿ ਤੁਸੀਂ ਤਸਵੀਰ ਨੂੰ ਗੁਰੂ ਮੰਨਦੇ ਹੋ। ਰੋਲ ਅਦਾ ਕਰਨ ਵਾਲੀਆਂ ਗੱਲਾਂ ਤਾਂ ਬਾਅਦ ਦੀਆਂ ਆਉਂਦੀਆਂ ਨੇ ਨਾ, ਵੀ ਬੇਬੇ ਨਾਨਕ ਦਾ ਰੋਲ ਅਦਾ ਕੌਣ ਕਰ ਰਿਹਾ, ਭਾਈ ਲਾਲੋ ਦਾ ਰੋਲ ਅਦਾ ਕੌਣ ਕਰ ਰਿਹਾ, ਪਾਤਰ ਕਿਹੜੇ ਨੇ, ਗੁਰੂ ਨਾਨਕ ਸਾਹਿਬ ਨੂੰ ਜਦੋਂ ਪੇਸ਼ ਕੀਤਾ ਕੋਈ ਲਾਈਟ ਜੀ ਵਿਖਾਈ, ਇਹ ਤਾਂ ਗੱਲਾਂ ਬਾਅਦ ਦੀਆਂ ਹੋ ਗਈਆਂ। ਤੂੰ ਪਿੱਛੋਂ ਜਾਓ, ਅਗਲਿਆਂ ਜਦੋਂ ਸ਼ਬਦ ਬਾਣੀ ਚੋਂ ਪੜ੍ਹਦੇ ਵੀ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਹਰਾ, ਜਿਹੜੇ ਬਾਬਾ ਕਬੀਰ ਜੀ ਕਹਿੰਦੇ ਵੀ ਬੁੱਤਾਂ ਦੀ ਪੂਜਾ ਕਰ ਕਰਕੇ ਆਤਮਕ ਤੌਰ ਤੇ ਹਿੰਦੂ ਅੰਦਰੋਂ ਡੈਡ ਹੋ ਗਏ ਬੁੱਤ ਪੂਜ ਕੇ, ਤੇ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਆਪ ਲੈ ਕੇ ਆਏ, ਅੱਜ ਉਸੇ ਗੁਰੂ ਨਾਨਕ ਸਾਹਿਬ ਦੇ ਬੁੱਤ ਬਣਾ ਕੇ ਨਹੀਂ ਪੂਜੇ ਜਾ ਰਹੇ। ਜਿਹੜੀਆਂ ਘਰਾਂ 'ਚ ਤਸਵੀਰਾਂ ਸਾਡੇ ਲੱਗੀਆਂ ਹੋਈਆਂ ਨੇ ਮਨੋਕਲਪਤ, ਸਾਡੇ ਤਾਂ ਅਗਲੇ ਇੱਦਾਂ ਦੇ ਡੇਰੇ ਸਥਾਪਿਤ ਕਰ ਦਿੱਤੇ ਜਿਹਨਾਂ ਕਿਹਾ ਬਾਬੇ ਨਾਨਕ ਨੂੰ ਪ੍ਰੈਕਟੀਕਲ ਸਾਡੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਗਟ ਕੀਤਾ। ਇਹ ਚਿੱਤਰਕਾਰ ਸੱਦ ਕੇ ਤੇ ਲਾ ਕੇ ਉਹਦੀ ਤਸਵੀਰ ਬਣਾਈ ਹੈ। ਅਗਲਿਆਂ 'ਤੇ ਜਿਹੜੀਆਂ ਜਥੇਬੰਦੀਆਂ 'ਤੇ ਡੇਰੇ ਸਥਾਪਿਤ ਕਰਤੇ, ਬੰਨ ਤੇ ਉਦੋਂ ਪੈਣਾ ਚਾਹੀਦਾ ਸੀ ਵੀ ਸਾਡਾ ਇੱਦਾਂ ਦਾ ਵਿਸ਼ਵਾਸ ਨਹੀਂ ਹੈ ਵੀ ਇੱਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਣ। ਸਾਡਾ ਤੇ ਵਾਸਤੇ ਗੁਰੂ ਦੀ ਸਿੱਖਿਆ ਹੀ ਗੁਰੂ ਨਾਨਕ ਸਾਹਿਬ ਹੈ, ਗੁਰੂ ਦਾ ਜਪਜੀ ਸਾਹਿਬ ਹੀ ਸਾਡੇ ਵਾਸਤੇ ਗੁਰੂ ਦਾ ਉਪਦੇਸ਼ ਹੈ। ਜਿਹੜੇ ਗੁਰੂ ਸਾਹਿਬ ਆਪਣੇ ਸਰੀਰ ਹੁੰਦੇ ਆ ਉਹ ਨਮਸਕਾਰ ਕਰਨ ਦੀ ਆਗਿਆ ਨਹੀਂ ਦਿੰਦੇ, ਕੀ ਉਹ ਇਜਾਜ਼ਤ? ਕੀ ਗੁਰੂ ਸਾਹਿਬ ਦੇ ਵੇਲੇ ਚਿੱਤਰਕਾਰ ਨਹੀਂ ਹੋਣਗੇ ਤਸਵੀਰਾਂ ਬਣਾਉਣ ਵਾਲੇ? ਕਿਸੇ ਤੇ ਚਿੱਤਰਕਾਰ ਨੇ ਇੱਕ ਵਾਰ ਨਾ ਕਿਹਾ ਹੋਏਗਾ ਮਹਾਰਾਜ ਸਾਡਾ ਦਿਲ ਕਰਦਾ ਤੁਹਾਡੀ ਤਸਵੀਰ ਚਿੱਤਰੀਏ, ਮਹਾਰਾਜ ਕਹਿੰਦੇ ਨਾ ਭਾਈ ਮੈਂ ਉਪਦੇਸ਼ ਨਾਲ ਜੋੜਨਾ ਆਇਆ, ਸਰੀਰ ਨਾਲ ਨਹੀਂ ਜੋੜਨਾ ਆਇਆ। ਨਾਲੇ ਗੁਰੂ ਸਾਡਾ ਸ਼ਬਦ ਹੈ, ਗੁਰੂ ਹੀ ਸਾਡੀ ਸਿੱਖਿਆ, ਗੁਰੂ ਹੀ ਸਾਡਾ ਉਪਦੇਸ਼ ਹੈ। ਤੇ ਸਭ ਤੋਂ ਵੱਡੀ ਸਮੱਸਿਆ ਵੀ ਅੱਜ ਹੁਣ ਜਿਹੜੀ ਨਾਨਕ ਸ਼ਾਹ ਫਕੀਰ ਬਣਾਈ, ਜਿੰਨੀ ਵੀ ਫਿਲਮ ਬਣਾਈ ਹੈ ਸਾਰੀ ਸਿਧਾਂਤ ਤੋਂ ਉਲਟ ਹੈ। ਤੁਸੀਂ ਵੇਖ ਲਓ ਉਹਦੇ ਅਜੇ ਨਿੱਕੇ ਨਿੱਕੇ ਟ੍ਰੇਲਰ ਹੀ ਵਿਖਾਏ ਗਏ ਨੇ ਵੀ ਆਰਤੀ ਕਰਦਿਆਂ ਵਿਖਾਇਆ ਜਾ ਰਿਹਾ, ਜਦੋਂ ਸਤਿਗੁਰੂ ਨਾਨਕ ਪ੍ਰਗਟਿਆ ਭਾਈ ਗੁਰੂਆਂ ਦੀ ਪੌੜੀ ਪੜ੍ਹੀ ਜਾ ਰਹੀ ਹੈ ਤਾਂ ਸੂਰਜ ਇੱਦਾਂ ਉਦੇ ਹੁੰਦਾ ਵਿਖਾਇਆ ਜਾ ਰਿਹਾ ਜਿਵੇਂ ਇਹ ਸੂਰਜ ਦੀ ਗੱਲ ਹੋ ਰਹੀ ਹੈ ਕਿ ਇਹ ਸੂਰਜ ਤਾਂ ਚੜ੍ਹੇ ਨਾ ਚੜ੍ਹੇ ਇਹਦੇ ਨਾਲ ਤੇ ਗੁਰਮਤ ਦਾ ਕੋਈ ਮਤਲਬ ਨਹੀਂ, ਇਹ ਕੁਦਰਤੀ ਪ੍ਰਕਿਰਿਆ ਹੈ। ਗਲਤ ਸੀ ਬਾਣੀ ਵਿੱਚ ਸੂਰਜ ਕਿਹਨੂੰ ਆਖਿਆ? ਗਿਆਨ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ। ਅਸਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਬਣਾਉਣ ਵਾਲੇ ਉਹਨਾਂ ਕੋਲ ਵੀ ਗੁਰਮਤ ਦਾ ਵਿਸ਼ਾ ਨਹੀਂ। ਅਸਲ 'ਚ ਚੂੰਡੀਆਂ ਵੱਢ ਵੱਢ ਕੇ ਵਹਿੰਦੇ ਨੇ। ਇਹ 1.5-2 ਸਾਲ ਪਹਿਲਾਂ ਵੀ ਰਿਲੀਜ਼ ਹੋਈ ਸੀ, ਉਦੋਂ ਵੀ ਰੌਲਾ ਪੈ ਗਿਆ ਅੰਦਰ ਖਾਤੇ ਉਹਨਾਂ ਰੌਲਾ। SGPC ਵਾਲਿਆਂ ਇਜਾਜ਼ਤ ਦੇਤੀ, ਜੋ ਰੌਲਾ ਜਿਹੜਾ ਪਿਆ ਉਹਨਾਂ ਨੇ ਕਹਿਤਾ ਵੀ ਨਹੀਂ ਜੀ ਅਸੀਂ ਇੱਥੇ ਬੈਨ ਲਾਉਂਦੇ, ਪਰ ਬੈਨ ਥੋੜ੍ਹਾ ਲੱਗਾ, ਪਾਬੰਦੀ ਥੋੜ੍ਹਾ, ਅੰਦਰ ਖਾਤੇ ਫਿਰ ਵੀ ਲੋਕ ਵੇਖੀ ਜਾ ਰਹੇ ਨੇ। ਮੁੱਕਦੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੀ ਫਿਲਮਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਵਿਚਾਰ ਦਾ ਪ੍ਰਚਾਰ ਹੋਣਾ? ਪਿੱਛੇ ਜੇ ਸਾਹਿਬਜ਼ਾਦਿਆਂ ਦੀ ਮੂਵੀ ਆਈ, ਮੈਂ ਆਪਣੇ ਅੱਖੀਂ ਵੇਖਿਆ ਕਈ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਥੀਏਟਰ 'ਚੋਂ ਬਾਹਰ ਨਿਕਲ ਕੇ ਰੋ ਰਹੇ ਸੀ ਕੈਮਰੇ ਦੇ ਅੱਗੇ, ਅਸੀਂ 40 ਸਾਲ ਦੇ ਹੋ ਗਏ ਹਾਂ, ਅਸੀਂ 50 ਸਾਲ ਦੇ ਹੋ ਗਏ ਹਾਂ, ਸਾਨੂੰ ਅੱਜ ਪਤਾ ਲੱਗਾ ਬਾਬਾ ਫਤਿਹ ਸਿੰਘ ਨੇ ਆਹ ਕੁਰਬਾਨੀ ਕੀਤੀ ਹੈ, ਬਾਬਾ ਜ਼ੋਰਾਵਰ ਸਿੰਘ ਨੇ ਆਹ ਰੋਲ ਅਦਾ ਕੀਤਾ, ਬਾਬਾ ਅਜੀਤ ਸਿੰਘ ਦੀ ਆਹ ਬਹਾਦਰੀ ਹੈ। ਇਹ ਕੁਐਸਚਨ ਮਾਰਕ ਹੈ ਸਾਡੇ 'ਤੇ ਵੀ ਜੇ ਮੂਵੀ 'ਚੋਂ ਸਾਨੂੰ ਸਾਹਿਬਜ਼ਾਦਿਆਂ ਬਾਰੇ ਅੱਜ ਪਤਾ ਲੱਗਾ ਤੇ ਜਿਹੜੇ ਪਿੰਡਾਂ 4-4 ਗੁਰਦੁਆਰੇ ਬਣੇ ਨੇ, ਇਹੜੀਆਂ ਜਥੇਬੰਦੀਆਂ ਨੇ, ਇਹਨਾਂ ਨੇ ਕੀ ਕੀਤਾ ਅੱਜ ਤੱਕ? ਕੁਐਸਚਨ ਮਾਰਕ ਹੈ ਬੜਾ ਵੱਡਾ। ਜਿਹੜੇ ਆ ਬਾਬੇ ਇੰਨੇ ਤੁਰੇ ਫਿਰਦੇ ਨੇ, ਇੰਨੇ ਸਾਧ ਡੇਰੇ ਬਣਾ ਕੇ ਬੈਠੇ ਨੇ ਲੰਬੇ ਟਾਈਮ ਤੋਂ, SGPC ਸਾਰੇ ਲਾਓ ਤੁਸੀਂ, ਕੀ ਕੀਤਾ ਹੈ ਜੀ? ਵੀ ਬੜਾ ਵੱਡਾ ਸਵਾਲ ਹੈ ਵੀ ਜੇ ਫਿਲਮ ਰਾਹੀਂ ਸਾਨੂੰ ਪਤਾ ਲੱਗਣਾ ਸੀ ਵੀ ਸਾਹਿਬਜ਼ਾਦਿਆਂ ਦੀ ਇਹ ਕੁਰਬਾਨੀ ਹੈ, ਤੇ ਫਿਰ ਤੇ ਇਹਦਾ ਮਤਲਬ ਵੀ ਜਿਹੜੇ ਆ ਗੁਰਦੁਆਰੇ ਬਣੇ ਕਾਹਦੇ ਵਾਸਤੇ ਬਣੇ ਸੀ? ਬਣਾ ਲਈਆਂ ਇਮਾਰਤਾਂ, ਮੱਥੇ ਟੇਕ ਲਏ, ਪਰਿਕਰਮਾ ਕਰ ਲਈਆਂ, ਚਲੇ ਗਏ। ਜਿੰਨੀ ਦੇਰ ਤੱਕ ਅਸੀਂ ਆਪ ਸਟੱਡੀ ਨਹੀਂ ਕਰਦੇ, ਆਪ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਤਾਂ ਗੱਲ ਨਹੀਂ ਬਣੇਗੀ ਪਿਆਰਿਓ, ਇਹ ਰੌਲਾ ਪੈਂਦਾ ਰਹੇਗਾ। ਅਗਲੇ ਚੂੰਡੀਆਂ ਵੇਖੋ, ਅੱਜ ਕੱਲ੍ਹ ਇੱਕ ਨਵਾਂ ਸਿਸਟਮ ਚੱਲਿਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਉਂਦਾ, ਅਗਲੇ ਤਸਵੀਰਾਂ ਬਣਾ ਲਾ ਕੇ ਨਾ ਇੱਦਾਂ ਉੱਤੇ ਸ਼ਬਦ ਲਿਖ ਕੇ ਉਹ ਤੁਹਾਨੂੰ ਭੇਜਦੇ ਆ, ਤੁਸੀਂ ਉਹਨੂੰ ਅੱਗੇ ਗਾਂਹ ਦੂਜੇ ਮੋਬਾਈਲ ਤੇ ਫੇਰ ਭੇਜ ਦਿਓ ਜੀ ਅੱਜ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ। ਬੰਨ ਇੱਥੇ ਪੈਣਾ ਚਾਹੀਦਾ। ਮੈਨੂੰ ਇੱਕ ਵੀਰ ਕਹਿੰਦਾ ਜੀ ਇਹ ਰੋਕ ਕਿੱਦਾਂ ਲਾਈਏ? ਮੈਂ ਕਿਹਾ ਸੌਖਾ ਤਰੀਕਾ ਹੈ, ਤੁਹਾਨੂੰ ਕੋਈ ਵਟਸਐਪ ਤੇ ਕੋਈ ਮੈਸੇਜ ਕਰਦਾ ਗੁਰੂ ਨਾਨਕ ਸਾਹਿਬ ਦੀ ਕਿਸੇ ਵੀ ਗੁਰੂ ਸਾਹਿਬ ਦੀ ਮਨੋਕਲਪ ਤਸਵੀਰ, ਅੱਗੇ ਉਹ ਸਵਾਲ ਕਰੋ ਇਹ ਕੌਣ ਹੈ, ਤੁਹਾਡਾ ਸਵਾਲ ਇਹ ਹੋਣਾ ਇਹ ਕੌਣ ਹੈ? ਉਹ ਕਹੇ ਜੀ ਗੁਰੂ। ਉਹ ਕਹੇ ਸਾਡਾ ਨਹੀਂ ਭਾਈ ਗੁਰੂ, ਸਾਡਾ ਗੁਰੂ ਤੇ ਸ਼ਬਦ ਹੈ ਭਾਈ। ਜਦੋਂ ਪਹਿਲਾਂ ਤੁਹਾਨੂੰ ਅਗਲੇ ਮਨਾਉਂਦੇ ਨੇ ਵੀ ਇਹ ਤੁਹਾਡਾ ਗੁਰੂ ਹੈ, ਜਦੋਂ ਫੋਟੋ ਪਾੜਦੀ ਹੈ ਫਿਰ ਤੁਸੀਂ ਕੀ ਕਹਿੰਦੇ ਹੋ? ਸਾਡੇ ਗੁਰੂ ਦੀ ਇਹਨਾਂ ਨੇ, ਬੋਲੋ ਹੁਣ ਕੀ ਬੋਲੋ, ਕੀ ਆਖੋ ਜੀ? ਇਹਦਾ ਮਤਲਬ ਤੁਹਾਨੂੰ ਨਾ ਮਨਾਤਾ ਨਾ ਵੀ ਤੁਹਾਡਾ ਇਹ ਗੁਰੂ ਹੈ। ਜਦੋਂ ਤੁਸੀਂ ਮੰਨੋਗੇ ਹੀ ਨਹੀਂ, ਤੁਹਾਨੂੰ ਅਗਲਿਆਂ ਮਨਾਇਆ ਹੈ, ਤੁਸੀਂ ਖਰੀਦੀਆਂ ਨੇ ਤਸਵੀਰਾਂ, ਡੇਰੇ ਬਣੇ ਹੋਏ ਨੇ ਇੱਦਾਂ ਦੇ, ਘਰਾਂ 'ਚ ਤਸਵੀਰਾਂ ਪਹੁੰਚਾਤੀਆਂ, ਸਾਡੇ ਗੱਡੀਆਂ 'ਚ ਫੋਟੋਆਂ ਲੱਗੀਆਂ ਹੋਈਆਂ ਨੇ, ਘਰਾਂ 'ਚ ਲੱਗੀਆਂ ਹੋਈਆਂ ਨੇ,
ਸ਼ਬਦੀ ਵਿਚਾਰ ਗੁਰੂ ਦਾ ਉਪਦੇਸ਼ ਆਪਣੇ ਨਾਲੇ ਬੁੱਤ ਕਿੱਦਾਂ ਸਾਨੂੰ ਸਿੱਖਿਆ ਦੇਵੇਗਾ ਜੀ? ਮੈਂ ਤੇ ਕਈਆਂ ਥਾਵਾਂ ਤੇ ਬੇਨਤੀ ਕੀਤੀ ਬੁੱਤ ਚੋਂ ਕੀ ਸਿੱਖਿਆ ਮਿਲੇਗੀ ਤੁਹਾਨੂੰ? ਬੁੱਤ ਬਾਰੇ ਤਾਂ ਇੱਕ ਵਿਦਵਾਨ ਲਿਖਿਆ ਦਾ ਬੁੱਤੋ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਗਏ ਤੋ ਖੁਦਾ ਬਣ ਗਏ। ਜਦੋਂ ਤੱਕ ਪੱਥਰ ਨੂੰ ਕਿਸੇ ਦਾ ਹੱਥ ਨਹੀਂ ਸੀ ਲੱਗਾ ਤੇ ਲੋਕ ਉਹਦੇ ਤੇ ਬਹਿੰਦੇ ਸੀ, ਜਦੋਂ ਉਹਨੂੰ ਕਿਸੇ ਬੰਦੇ ਨੇ ਹੱਥ ਲਾ ਕੇ ਨੱਕ ਬੁੱਲ ਤਿਆਰ ਕਰਤਾ ਤੇ ਲੋਕ ਉਹਦੇ ਗੜੀ ਮੱਥੇ ਟੇਕਣ ਲੱਗ ਪਏ। ਇਹਦਾ ਮਤਲਬ ਪੱਥਰ ਦੀ ਤਰੱਕੀ ਵੇਖੋ ਕਿੱਡੀ ਹੋਈ ਹੈ। ਕਾਗਜ਼ ਉਹੋ ਸੀ, ਉਹੋ ਹੀ ਪੇਪਰ ਹੈ ਜਿਹੜੇ ਲੋਕ ਆਮ ਲਾਇਕ, ਫਿਰ ਉੱਥੇ ਮਾੜੀ ਜਿਹੀ ਤਸਵੀਰ ਬਣਾ ਤੀ, ਲੋਕ ਉਹ ਤੋਂ ਤਰਬਕਣ ਲੱਗ ਪਏ, ਡਰ ਲੱਗ ਪਏ। ਜੇ ਬੁੱਤ ਤੇ ਇਹ ਗੱਲ ਢੁਕਦੀ ਹੈ ਤੇ ਕਾਗਜ਼ ਦੇ ਪੇਪਰ ਤੇ ਨਹੀਂ ਢੁਕਦੀ? ਬੋਲੋ ਪਿਆਰਿਓ, ਜੇ ਇੱਕ ਪੱਥਰ ਤੇ ਗੱਲ ਢੁਕਦੀ ਹੈ ਵੀ ਬੁੱਤੋ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਗਏ ਤੋ ਖੁਦਾ ਬਣ ਗਿਆ, ਵੀ ਤੁਹਾਨੂੰ ਹੱਥ ਲੱਗਾ ਬੰਦੇ ਦਾ ਤੁਸੀਂ ਰੱਬ ਬਣ ਕੇ ਬਹਿ ਗਏ ਜੇ, ਕੀ ਇਹ ਪੇਪਰ ਤੇ ਨਹੀਂ? ਗੱਲ ਓਨੀ ਪੇਪਰ ਤੇ ਵੀ ਢੁਕਦੀ ਵੀ ਉਹ ਪੇਪਰ ਹੈ ਜਿਹਦੇ ਤੇ ਖਾਲੀ ਸੀ, ਕੁਝ ਨਹੀਂ ਸੀ, ਤੁਹਾਨੂੰ ਨਾ ਡਰ ਆਉਂਦਾ ਸੀ ਉਹਦੇ ਤੋਂ, ਪਰ ਜਦੋਂ ਅਗਲੇ ਨੇ ਇੱਦਾਂ ਉਹਦੇ 'ਤੇ ਉਹਦੀ ਤਸਵੀਰ ਬਣਾ ਤੀ। ਇਹ ਤਾਂ ਚਿੱਤਰਕਾਰ ਸੋਭਾ ਸਿੰਘ ਦੀ ਦੇਣ ਹੈ। ਆ ਨੱਕ ਮੱਥਾ ਸਾਰਾ ਮਿਲਾ ਕੇ ਵੇਖ ਲਓ, ਇੱਕੋ ਬੰਦੇ ਨੂੰ ਬਿਠਾ ਕੇ ਉਹਨੇ ਸਾਰੇ ਚਿੱਤਰੇ ਨੇ, ਸਾਡੇ ਤੱਕ ਉਹ ਤਸਵੀਰ ਪਹੁੰਚ ਗਈ। ਅਸੀਂ ਤੜਾ ਤੜ ਇਕੱਲੇ ਇਕੱਲੇ ਕਮਰੇ 'ਚ ਦੋ ਦੋ ਫੋਟੋਆਂ ਲਾਈਆਂ, ਕਈਆਂ ਨੇ ਅਗਰਬੱਤੀਆਂ ਲਾਈਆਂ, ਤੂਫ ਦਿਖਾਏ, ਸਿੱਧ ਕਰਤਾ ਉਹਨਾਂ ਨੇ ਆ ਨਿਆਰੀ ਕੌਮ ਆ ਵੇਖ ਲਓ ਜੀ ਬੁੱਤ ਪੂਜ ਰਹੀ ਹੈ। ਕੱਲ ਤੱਕ ਅਜੇ ਬਾਬਿਆਂ ਦੇ ਦੀਵਾਨ ਲੱਗਦੇ ਸੀ, ਫੋਟੋਆਂ ਦੇ ਸਟਾਲ ਵੀ ਲੱਗਦੇ ਰਹੇ, ਆ ਤੇ ਹੁਣ ਰੌਲਾ ਪਿਆ ਤੇ ਸ਼ਬਦ ਵਿਚਾਰਾਂ ਦੇ ਸਟਾਲ ਲੱਗ ਰਹੇ ਨੇ। ਵੀ ਕੋਈ ਕਿਤਾਬ ਲੈ ਜਾਓ ਘਰ 'ਚ, ਗੁਰਬਾਣੀ ਦੀ ਵਿਚਾਰ ਲੈ ਕੇ ਜਾਓ, ਪਾਓ ਬੁੱਤ ਪੂਜਕ ਨਾ ਬਣੋ ਗੁਰੂ ਕੇ ਪਿਆਰਿਓ, ਬੁੱਤ ਪੂਜਣਾ ਇਹੋ ਤੇ ਇੱਕ ਫਰਕ ਹੈ। ਹੁਣ ਤੁਹਾਡੇ ਨਾਲ ਆਏ ਹਾਂ ਅਸੀਂ, ਤੁਹਾਡੇ ਨਾਲ ਇੱਥੇ ਬੈਠੇ ਹਾਂ, ਵਿੱਚ ਬੈਠੇ ਹਾਂ, ਨਾ ਬੋਲਿਆ ਅਸੀਂ ਬਾਅਦ ਵਿੱਚ ਕਥਾ ਕਰਕੇ ਤੁਹਾਡੇ ਵਿੱਚ ਹੀ ਬਹਿ ਜਾਣਾ, ਤੁਹਾਡੇ ਨਾਲ ਹੀ ਬੈਠ ਕੇ ਪ੍ਰਸ਼ਾਦਾ। ਅਸੀਂ ਕੋਈ ਬਾਬੇ ਨਹੀਂ ਹਾਂ ਵੀ ਸਾਡੇ ਨਾਲ ਅਮਲਾ ਫੈਲਾ ਵੱਖਰਾ ਹੋਣਾ, ਵੀ ਕਿਸੇ ਨੇ ਇੱਕ ਤੌੜੀਆ ਵੱਖਰਾ ਚੱਕਣਾ ਤੇ ਚਿਮਟਾ ਕਿਸੇ ਨੇ ਵੱਖਰਾ ਚੱਕਣਾ, ਗੜਵਾ ਕਿਸੇ ਨੇ ਵੱਖਰਾ ਚੱਕਣਾ, ਇੱਦਾਂ ਦਾ ਕੰਮ ਨਹੀਂ। ਤੁਹਾਡੇ ਵਰਗੇ ਫਿਰ ਤੁਹਾਨੂੰ ਵੀ ਲੱਗੂ ਅੱਛਾ ਇਹ ਤੇ ਕੰਮ ਹੀ ਬੜਾ ਸੌਖਾ ਵੀ ਸਾਡੇ ਵਾਂਗੂ ਆਏ, ਤੇ ਜੇ 12-13 ਬੰਦੇ ਇੱਧਰ ਤੇ 12-13 ਬੰਦੇ ਇੱਧਰ ਵੀ ਹਰ ਜੋ ਪਰਾਂ ਬਾਬਾ ਜੀ ਆ ਰਹੇ, ਬਾਬਾ ਜੀ ਸਿੰਘ ਮਾਰਦੇ ਵੀ ਜੇ ਬਾਬਾ ਜੀ ਆ ਰਹੇ, ਵੀ ਜਿੱਦਾਂ ਬੰਦੇ ਦੂਜੇ ਬੈਠੇ ਉੱਦਾਂ ਤੁਸੀਂ ਵੀ ਬਹਿ ਜਾਓ ਭਾਈ ਆਣ ਕੇ।